ਨਾਂ ਨਿਰਮਲ ਸਿੰਘ ਹੈ ਜੀ, ਮੰਮੀ ਮੇਰੀ ਦਾ ਨਾਂ ਨਰਿੰਦਰ ਕੌਰ ਆ ਤੇ ਉਹਨਾਂ ਦੇ ਪੈਰ ਤੇ ਕਾਫੀ ਸੱਟ ਜਿਆਦੀ ਲੱਗ ਗਈ ਆ। ਕਿਵੇਂ ਲੱਗੀ ਸੀ ਦੱਸ ਦਿਓ। ਉਹ ਟਰਾਲੀ ਚੜ ਗਈ ਜੀ ਉਸ ਪੈਰ ਤੇ, ਉੱਤੋਂ ਦੀ ਲੰਘੀ ਟਰਾਲੀ ਤੇ ਮੋਢੇ ਤੇ ਵੀ ਮੋਢਾ ਵੀ ਟੁੱਟ ਗਿਆ ਵਾ। ਦਾ ਠੀਕ ਨਹੀਂ ਇਹ ਬਹੁਤ ਸੀਰੀਅਸ ਹੈ ਜੀ। ਕਿੰਨੀਆਂ ਮੌਤਾਂ ਆਈਆਂ ਤੇ ਕਿੰਨੇ ਜ਼ਖਮੀ ਆ? ਦੋ ਜਾਣੀਆਂ ਦੇ ਵਿਚਾਰੀਆਂ ਮੌਕੇ ਤੇ ਮਰ ਗਈਆਂ ਨਾ, ਤੇ ਇਹ ਹੁਣ ਤਿੰਨ ਚਾਰ ਜਾਣੀਆਂ ਐਮਰਜੈਂਸੀ 'ਚ ਪਈਆਂ ਵਾਂ ਗਈਆਂ, ਇਹਨਾਂ ਦੀ ਵੀ ਹਾਲਤ ਬਹੁਤ ਸੀਰੀਅਸ ਹੈਗੀ। ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਸਾਡਾ ਤੇ ਪਿੰਡ। ਕਿਸਾਨ ਯੂਨੀਅਨ ਦੀ ਰੈਲੀ ਕਰਨੀ ਹੈ ਬੀਬੀਆਂ ਕੇ, ਤੇ ਆਪਣੇ ਹੱਕ ਦੇ ਵਾਸਤੇ ਦਈਆਂ ਹੀ ਬੋਲਣ, ਸਾਨੂੰ ਇਨਸਾਫ ਚਾਹੀਦਾ ਵਾਗਾ, ਰੈਲੀ ਕਰਨ ਦਈਆਂ ਹੈਗੀਆਂ। ਤੇ ਉਸੇ ਤੋਂ ਬਸ ਉਹ ਟਰਾਲੀ ਆ ਗਈ ਤੇ ਪਤਾ ਹੀ ਲੱਗਾ ਕਿਹੜੇ, ਉਹਨੇ ਰੋਕੀ ਨਹੀਂ ਸਾਰਿਆਂ ਨੂੰ ਉੱਤੇ ਚਾੜ ਦਿੱਤੀ ਟਰਾਲੀ, ਬਹੁਤ ਜ਼ਿਆਦਾ ਨੁਕਸਾਨ ਕਰ ਦਿੱਤਾ ਉਹਨੇ। ਹਾਂਜੀ, ਉੱਧਰੋਂ ਸਾਹਮਣੇ ਤੋਂ ਸਾਡੇ ਪਿੰਡ ਦੀਆਂ ਬੀਬੀਆਂ ਧਰਨੇ ਵਾਸਤੇ ਆ ਰਹੀਆਂ ਸੀਆਂ ਵੱਲੇ ਪਿੰਡ ਦੀਆਂ। ਉਹ ਬੀਬੀਆਂ ਜਦੋਂ ਸਰਕਾਰੀ ਸਕੂਲ ਦੇ ਸਾਹਮਣੇ ਪਹੁੰਚੀਆਂ ਪ੍ਰਾਇਮਰੀ ਸਕੂਲ ਦੇ, ਤਾਂ ਪਿੱਛੋਂ ਇੱਕ ਟਰੈਕਟਰ ਵਾਲਾ ਆਇਆ, ਉਹਨੇ ਜਾਂ ਤਾਂ ਉਹਦੀ ਬ੍ਰੇਕ ਦੇ ਵਿੱਚ ਪ੍ਰੋਬਲਮ ਜਾਂ ਕਿੱਦਾਂ ਉਹਨੇ ਕਿਹਾ, ਪਰ ਉਹਦਾ ਟਰੈਕਟਰ ਬਿਲਕੁਲ ਸਹੀ ਸੀਗਾ। ਉਹਨੇ ਲਾਗੋ ਨਹੀਂ ਲੰਘਾਉਣ ਦੀ ਬਜਾਏ ਉਹਨੇ ਬੀਬੀਆਂ ਦੇ ਉੱਤੇ ਚੜਾਤਾ ਟਰੈਕਟਰ ਜੀ, ਮਤਲਬ ਕਿ ਜਿਹੜੀਆਂ ਬੀਬੀਆਂ ਉਹਦੇ ਵਿੱਚ ਚਾਰ ਬੀਬੀਆਂ ਜ਼ਖਮੀ ਹੋਈਆਂ, ਬਾਕੀਆਂ ਨੂੰ ਸੱਟਾਂ ਲੱਗੀਆਂ ਵਾ, 40-50 ਦੇ ਕਰੀਬ ਬੀਬੀਆਂ ਸੀਗੀਆਂ, ਬਾਕੀ ਹੋਰ ਵੀ ਪਿੱਛੇ ਆ ਰਹੀ ਸੰਗਤ ਪਿੰਡ ਵੱਲੋਂ ਹੀ ਤੇ ਨਾਲ ਬੱਚੇ ਸੀਗੇ ਸਕੂਲ ਦੇ। ਬਟ ਜਿਹੜੀਆਂ ਬੀਬੀਆਂ, ਇੱਕ ਬੀਬੀ ਦੀ ਮੌਕੇ ਤੇ ਡੈਥ ਹੋ ਗਈ ਸੀਗੀ ਜਿਹਦੇ ਸਿਰ ਦੇ ਉੱਪਰੋਂ ਦੀ ਟਰੈਕਟਰ ਲੰਘ ਗਿਆ, ਇੱਕ ਬੀਬੀ ਦੀ ਲੱਤ ਮਤਲਬ ਕਿ ਜ਼ਿਆਦਾ ਹੀ ਡੈਮੇਜ ਕਰ ਦਿੱਤੀ ਉਹਨੇ, ਤੇ ਇੱਕ ਹੋਰ ਬੀਬੀ ਸੀ ਜਿਹੜੀ ਥੋੜ੍ਹੀ ਸਹਿਕਦੀ ਸੀਗੀ, ਉਹਨੂੰ ਵੀ ਫਟਾਫਟ ਐਂਬੂਲੈਂਸ ਦੇ ਵਿੱਚ ਪਾ ਕੇ ਭੇਜਿਆ। ਜਿਹੜੀ ਬੀਬੀ ਟਰੈਕਟਰ ਦੇ ਥੱਲੇ ਸੀਗੀ ਉਹਨੂੰ ਅਸੀਂ ਅਤੇ ਨਾਲ ਹੋਰ ਵੀਰ ਸੀਗੇ, ਉਹਨਾਂ ਨੇ ਭੱਜ ਕੇ ਜਾ ਕੇ ਅਤੇ ਉਹ ਟਰੈਕਟਰ ਨੂੰ ਪਿੱਛੇ ਕਰਕੇ ਉਹਦੇ ਥੱਲਿਓਂ ਕੱਢਿਆ। ਫਿਰ ਅਸੀਂ ਮਤਲਬ ਐਂਬੂਲੈਂਸ ਨੂੰ ਵੀ ਫੋਨ ਕੀਤੇ, ਉਨੀ ਦੇਰ ਤੱਕ ਪੁਲਿਸ ਵਾਲੇ ਵੀ ਆ ਗਏ, ਫਿਰ ਉਹਨਾਂ ਨੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ। ਕਾਰਵਾਈ ਸ਼ੁਰੂ ਕਰਨ ਤੋਂ ਬਾਅਦ ਫਿਰ ਉਹ ਮਤਲਬ ਕਿ ਜਿਹੜੀ ਇੱਕ ਡੈੱਡ ਬੋਡੀ ਜਿਹੜੀ ਉਹਨੂੰ ਵੀ ਲੈ ਗਏ ਐਂਬੂਲੈਂਸ 'ਚ ਪਾ ਗਏ, ਅਤੇ ਨਾਲ ਬਾਕੀ ਦੇ ਜਿਹੜੇ ਜਿਨ੍ਹਾਂ ਨੂੰ ਸੱਟਾਂ ਲੱਗੀਆਂ ਉਹ ਵੀ ਹੋਸਪਿਟਲ ਪਹੁੰਚਾਤੇ। ਅਤੇ ਟਰੈਕਟਰ ਜਿਹੜਾ ਸੀ ਉਹ ਵੀ ਅੰਦੋਲਨ ਦਾ ਹਿੱਸਾ ਸੀ? ਸਰ ਇਹਦੇ ਬਾਰੇ ਮੈਨੂੰ ਨਹੀਂ ਪਤਾ, ਕਿਉਂਕਿ ਮੈਂ ਇੱਥੇ ਆਪਣੇ ਇੱਥੇ ਕੰਮ 'ਤੇ ਰਹਿੰਦਾ ਵਾਂ, ਬਟ ਹੋ ਸਕਦਾ ਵਾ ਮਗਰੋਂ ਕੋਈ ਆਇਆ ਹੋਵੇ, ਅੰਦੋਲਨ ਦਾ ਹਿੱਸਾ ਨਹੀਂ। ਜੇ ਅੰਦੋਲਨ ਵੱਡਾ ਹੋਵੇ ਫਿਰ ਹਿੱਸਾ ਹੋ ਸਕਦਾ, ਕਿਉਂਕਿ ਉਹ ਪਿੱਛੋਂ ਆਇਆ ਸੀਗਾ, ਪਿਛਲੀ ਸਾਈਡ ਤੋਂ ਆਇਆ ਸੀਗਾ, ਉਹ ਪਤਾ ਨਹੀਂ ਹੁਣ ਕਿਸੇ ਕੰਪਨੀ ਦਾ ਸੀਗਾ ਕਿਹਦਾ ਸੀਗਾ, ਉਹ ਤਾਂ ਮੈਂ ਜਾਣਦਾ ਨਹੀਂ। ਨਸ਼ਾ ਨੁਸ਼ਾ ਤਾਂ ਨਹੀਂ ਕੀਤਾ ਸੀ ਉਹਨੇ? ਸਰ ਜੀ ਇਹਦੇ 'ਚ ਮੈਨੂੰ ਨਹੀਂ ਪਤਾ, ਕਿਉਂਕਿ ਉਹਨਾਂ ਨੇ ਫਿਰ ਪਿੰਡ ਵਾਲਿਆਂ ਨੇ ਮੁੰਡਿਆਂ ਨੇ ਰਲ ਕੇ ਸਾਰਿਆਂ ਨੇ ਘੇਰ ਲਿਆ ਸੀ, ਉਹਨੂੰ ਜਾਣ ਨਹੀਂ ਦਿੱਤਾ, ਫਿਰ ਉਹ ਪੁਲਿਸ ਦੇ ਹਵਾਲੇ ਕਰਤਾ ਸੀਗਾ ਉਹਨੂੰ। ਟਰੈਕਟਰ 'ਤੇ ਕੀ ਲੱਗਿਆ ਸੀ, ਕੀ ਸੀ ਟਰੈਕਟਰ 'ਤੇ? ਸਰ ਪਾਣੀ ਵਾਲਾ ਟੈਂਕਰ ਸੀ ਬੈਕ ਸਾਈਡ 'ਤੇ, ਜਿਵੇਂ ਟਰਾਲੀ ਪਾਈ ਹੁੰਦੀ ਉਵੇਂ ਪਾਣੀ ਵਾਲਾ ਟੈਂਕਰ ਪਾਇਆ ਹੋਇਆ ਸੀ ਬੈਕ ਸਾਈਡ 'ਤੇ। ਮੇਰਾ ਨਾਮ ਬੂਟਾ ਸਿੰਘ ਹੈ ਜੀ, ਮੈਂ ਮਾਤਾ ਜੀ ਆਪਣੀ ਛੱਡ ਕੇ ਆਇਆ, ਵਾਪਸੀ ਆਇਆ ਨਾਲ ਦੀ ਮੈਨੂੰ ਸੁਣਾ ਆ ਗਿਆ ਕਿ ਐਕਸੀਡੈਂਟ ਹੋ ਗਿਆ ਜੀ। ਟਰੈਕਟਰ ਮੈਂ ਟਰਾਲੀ ਵਾਲਾ ਆ ਰਿਹਾ ਸੀ, ਟਰੈਕਟਰ ਟਰਾਲੀ ਵਾਲਾ ਆ ਰਿਹਾ ਸੀਗਾ, ਉਹਨੇ ਉੱਪਰ ਚੜਾਤਾ ਬੀਬੀਆਂ ਦੇ। ਲੱਤ ਫ੍ਰੈਕਚਰ ਹੋਈ ਹੈ ਜੀ ਮੋਟੇ ਪੱਟੋਂ, ਤਾਂ ਪੱਸਲੀਆਂ 'ਤੇ ਲੱਗੀ ਹੈ ਜੀ। ਠੀਕ ਨੇ? ਹਾਂਜੀ ਹਲਦੀ ਘੜੀ ਠੀਕ ਹੈ। ਟੋਟਲ ਕਿੰਨੇ ਜਾਣੇ ਜਿਨ੍ਹਾਂ ਦੀ ਮੌਤ ਹੋਈ ਹੈ? ਦੋ ਜਾਣੇ ਆ ਜੀ, ਇੱਕ ਇੱਥੇ ਹੋਈ ਹੈ, ਦੂਸਰੇ ਦੀ ਮੌਕਿਆਂ ਦੇ ਉੱਥੇ ਹੋ ਗਈ ਹੈ ਜੀ। ਤੁਹਾਡੇ ਲਾਗੇ ਦੇ ਨਾਲ? ਹਾਂਜੀ ਹਾਂਜੀ, ਮੇਰੇ ਲਾਗੇ ਇੱਕ ਗੁਰਦੁਆਰਾ ਸਾਹਿਬ ਦੇ ਕੋਲ ਹੈ, ਇੱਕ ਬਿਲਕੁਲ ਮੇਰੀ ਦੁਕਾਨ ਦੇ ਬਿਲਕੁਲ ਸਾਹਮਣੇ ਆ ਜੀ। ਤੁਹਾਡੇ ਮਾਤਾ ਜੀ ਠੀਕ ਹੈ? ਹਾਂਜੀ ਠੀਕ ਹੈ ਜੀ। ਅੱਜ ਪਿੰਡ ਵੱਲਾ ਤੋਂ ਪਿੰਡ ਵਾਸੀਆਂ ਨੇ ਕਿਸਾਨ ਸੰਘਰਸ਼ ਦੇ ਵਿੱਚ ਆਪਣੇ ਸ਼੍ਰੀ ਗੁਰਦੁਆਰਾ ਸਾਹਿਬ ਤੋਂ ਅਰਦਾਸ ਕਰਕੇ ਵੱਲਾ ਚੌਂਕ ਨੂੰ ਆ ਰਹੇ ਸੀਗੇ। ਜਦੋਂ ਵੱਲਾ ਓਵਰਬ੍ਰਿਜ ਦੇ ਖੱਬੇ ਬੰਨਿਓਂ ਦੀ ਲੰਘ ਰਹੇ ਸੀਗੇ, ਆਪਣਾ ਇੱਕ 3 ਪਹੀਆ ਰਿਕਸ਼ਾ ਜਿਹੜਾ ਸੀਗਾ ਉਹਦੇ ਮਗਰ ਮਗਰ ਲੇਡੀਜ਼ ਆ ਰਹੀਆਂ ਸੀ, ਜੈਂਟਸ ਉਹਨਾਂ ਦੇ ਮਗਰ ਮਗਰ ਆ ਰਹੇ ਸੀ ਸਾਈਡ 'ਤੇ ਹੋ ਕੇ। ਇੱਕ ਪਿੱਛੋਂ ਟਰੈਕਟਰ ਆਇਆ ਜਿਹਦੇ ਮਗਰ ਪਾਣੀ ਦੀ ਟਰਾਲੀ ਲੱਦੀ ਹੋਈ ਸੀਗੀ, ਅਤੇ ਉਹ ਟਰੈਕਟਰ ਟਰਾਲੀ ਵਾਲਾ ਜਿਹੜਾ ਟੈਂਕਰ ਲੈ ਕੇ ਆ ਰਿਹਾ ਸੀ ਪਾਣੀ ਦਾ, ਕਾਫੀ ਤੇਜ਼ ਰਫ਼ਤਾਰ ਸੀ ਇਹਨਾਂ ਦੱਸਣ ਮੁਤਾਬਕ। ਇਹਨਾਂ ਨੂੰ ਆਵਾਜ਼ਾਂ ਮਾਰੀਆਂ, ਹੌਲੀ ਕਰ ਲਿਆ, ਅੱਗੇ ਸੰਗਤ ਜਾ ਰਹੀ ਹੈ, ਅੱਗੇ ਪਬਲਿਕ ਜਾ ਰਹੀ ਹੈ, ਇਹਨਾਂ ਵੱਖ ਵੱਖ ਆਵਾਜ਼ਾਂ ਮਾਰੀਆਂ, ਪਰ ਉਹਨੇ ਇੱਕ ਨਹੀਂ ਇਹਨਾਂ ਦੀ ਕਹਿੰਦੇ ਸੁਣੀ। ਜਿਹਦੇ ਸਿੱਟੇ ਵਜੋਂ ਉਹ ਟਰੈਕਟਰ ਜਿਹੜਾ ਆ ਕੇ ਲੇਡੀਜ਼ ਦੇ ਵਿੱਚ ਵੱਜਾ, ਜਿੱਥੇ ਕਿ ਇੱਕ ਭੈਣ ਜੀ ਨਰਿੰਦਰ ਕੌਰ ਦੀ ਮੌਕੇ 'ਤੇ ਹੀ ਮੌਤ ਹੋ ਗਈ। ਫਿਰ ਵੀ ਅਸੀਂ ਇਲਾਕੇ ਨਾਲ ਵਾਸੀਆਂ ਦੇ ਸਹਿਯੋਗ ਨਾਲ ਪੰਜਾਂ ਨੂੰ ਹੋਸਪਿਟਲ ਲੈ ਕੇ ਆਏ ਹਾਂ ਕਿ ਇਹਨਾਂ ਦਾ ਟ੍ਰੀਟਮੈਂਟ ਕਰਵਾਇਆ ਜਾਏ, ਪਰ ਰਸਤੇ ਆਉਂਦੇ ਆਉਂਦਿਆਂ ਸਿਮਰਜੀਤ ਕੌਰ ਜੋ ਹੋਸਪਿਟਲ ਪਹੁੰਚੀ ਉਹਦੀ ਵੀ ਡੈਥ ਹੋ ਗਈ। ਦੋ ਭੈਣਾਂ ਦੀ ਡੈਥ ਹੋਈ ਹੈ ਅਤੇ 3 ਭੈਣਾਂ ਇੱਥੇ ਦਾਖਲ ਨੇ, ਜਿਨ੍ਹਾਂ 'ਚੋਂ ਇੱਕ ਦੀ ਸੱਜੀ ਲੱਤ 'ਤੇ, ਇੱਕ ਦੀ ਖੱਬੀ ਲੱਤ 'ਤੇ, ਇੱਕ ਦੇ ਖੱਬੇ ਗਿੱਟੇ 'ਤੇ ਸੱਟ ਹੈ।
वो जेरे इलाज ने दइया के बयान लैके पंजे परिवार खड़े ने जो ये बयान देंगे वो मुताबक कार्रवाई की आरोपी गिरफ्तार कर लिया गया। हाँ पब्लिक ने आरोपी गिरफ्तार कर लिया जी और अरेस्ट पा के हम पेश अदालत करा नहीं जी अपनी ट्राली ट्रैक्टर से पानी वाला टैंकर लैके अपना वखरा आ रहे थे इन्होंने नाल नहीं सी बड़ी तेज रफ्तार दस रहे आ रहा है इन्होंने आवाजा भी मारिया पर उन्होंने किसी की आवाज़ नहीं सुनी किसी की आवाज़ की परवाह नहीं की। पानी का जो टैंकर लैके आ रहा है कोई सरकारी ट्राली से प्राइवेट प्राइवेट है जी बाकी तो असी मौके तो सीधा इधर असी आए हैं इतने पहला साढ़ा मौके से जो स्पोर्ट से कार्रवाई कि इन्होंने इंजर्ड न इलाके की सहायता नाल होस्पिटल पहुँचाइए इन्हें ट्रीटमेंट करवाइए कराया है तो ना ही असं इन्हें होस्पिटल आ गए हैं हूँ जाके सारा इन्हें बयान लिखे अगली कार्रवाई करा जो आरोपी ना की है तो कितों का रहने वाला जी मक्खन मिंडी का रहने वाला है तो सुखलाल सिंह ना है तो कितनी उम्र है सर ये देखो जी अजय मैं तुम्हें गलत गल दस दिया अजय इन्वेस्टिगेशन पार्ट ने पहला असं तुम दस दिए सू पता ही नहीं है अजय तो मौका सामभ मसा इन्हें बेचारे इलाके का सहयोग न वो भैन जी इंजर्ड हुई माह इतने लैके आए बेचारियां गंभीर जख्मी ने पहला तो उन्होंने जान बचा की जरूरत है दो मौत तो तीन जख्मी हाँ जी भाजी तीन लेडीज हाँ पंजे लेडीज है जी।